ਪੰਜਾਬ ਦੇ ਵਿੱਚ ਕੜਾਕੇ ਦੀ ਠੰਡ ਪੈ ਰਹੀ ਆ ਜਿਸ ਕਰਕੇ ਹਰ ਰੋਜ਼ ਅਣਸੁਹਾਵੀਆਂ ਘਟਨਾਵਾਂ ਵਾਪਰ ਰਹੀਆਂ ਕਿਤੇ ਨਾ ਕਿਤੇ ਕੋਈ ਜਿਹੀ ਘਟਨਾ ਵਾਪਰ ਜਾਂਦੀ ਆ ਜਿਹੜੀ ਹਰ ਇੱਕ ਨੂੰ ਝੰਜੋੜ ਕੇ ਰੱਖ ਦਿੰਦੀ ਆ ਤੇ ਪਿਛਲੇ ਸਮੇਂ ਦੇ ਵਿੱਚ ਕਈ ਅਜਿਹੇ ਪੰਜਾਬੀ ਕਲਾਕਾਰ ਵੀ ਰਹੇ ਨੇ ਜਿਹੜੇ ਕੇ ਸੰਗੀਤ ਪ੍ਰੇਮੀਆਂ ਦਾ ਬਹੁਤ ਵੱਡੇ ਪੱਧਰ ਤੇ ਸੇਵਾ ਕਰ ਰਹੇ ਸੀ ਮਨੋਰੰਜਨ ਕਰ ਰਹੇ ਸੀ ਪਰ ਅਜਿਹੀਆਂ ਘਟਨਾਵਾਂ ਕਰਕੇ ਉਹ ਪੰਜਾਬੀ ਇੰਡਸਟਰੀ ਨੂੰ ਅਲਵੈਦਾ ਆਖ ਗਏ ਤੇ ਇਸ ਦੁਨੀਆ ਨੂੰ ਅਲਵੈਦਾ ਆਖ ਗਏ ਤੇ ਇੱਥੇ ਹੀ ਇੱਕ ਪੰਜਾਬ ਦਾ ਵੱਡਾ ਨਾਮ ਬੱਬੂ ਮਾਨ ਜਿਸ ਨੇ ਗੀਤ ਗਾਇਆ ਸੀ 21ਵੀਂ ਸਦੀ ਹੈ ਯੁੱਗ ਵਿਗਿਆਨ ਦਾ ਸਾਥੋ ਸਾਧਾਂ ਦੀਆਂ ਚੌਕੀਆਂ ਨਹੀਂ ਪਰ ਹੋਣੀਆਂ ਇਹ ਜਿਹੇ ਗੀਤ ਗਾਉਣ ਵਾਲਾ ਟੈਕਨੋਲੋਜੀ ਨੂੰ ਮਹੱਤਤਾ ਦੇਣ ਵਾਲਾ ਸਮਝਣ ਵਾਲਾ ਕਿ 21ਵੀਂ ਯੋਗਾ ਜਿਹੜਾ ਉਹ ਟੈਕਨੋਲੋਜੀ ਦਾ ਯੋਗਾ ਤੇ ਇਸੇ ਟੈਕਨੋਲੋਜੀ ਦੇ ਕਰਕੇ ਇੱਕ ਫਾ ਵੱਡੇ ਪੱਤਰ ਦੇ ਉੱਤੇ ਫਲਾਈ ਜਾ ਰਹੀ ਹੈ ਕਿ ਬੱਬੂ ਮਾਨ ਹੋਣ ਇਸ ਦੁਨੀਆ ਦੇ ਵਿੱਚ ਨਹੀਂ ਰਿਹਾ ਤੇ ਇਸ ਫਾ ਨੂੰ ਫਲੌਨ ਦੇ ਵਿੱਚ ਪੂਰੀ ਤਰ੍ਹਾਂ ਦੇ ਨਾਲ ਕਾਮਯਾਬ ਹੋਣ ਦੇ ਲਈ ਸਹਾਰਾ ਲਿਆ ਗਿਆ ਇੱਕ ਵੱਡੇ ਅਖਬਾਰ ਦਾ ਲੋਗੋ ਲਗਾ ਕੇ ਇਸ ਨੂੰ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਕੀਤਾ ਗਿਆ ਤੇ ਧੜਾ ਧੜ ਲੋਕ ਇਸ ਗੱਲ ਨੂੰ ਸੱਚ ਮੰਨ ਕੇ ਸ਼ੇਅਰ ਵੀ ਕਰ ਰਹੇ ਆ ਪਰ ਅਸਲ ਸਚਾਈ ਇਹ ਹੈ ਕਿ ਇਸ ਦੇ ਵਿੱਚ ਕੋਈ ਵੀ ਗੱਲ ਅਜਿਹੀ ਨਹੀਂ ਹੋਈ ਕਿ ਬੱਬੂ ਮਾਨ ਦਾ ਜਿੱਥੇ ਇਸ ਖਬਰ ਝੂਠੀ ਖਬਰ ਦੇ ਵਿੱਚ ਆਖਿਆ ਗਿਆ ਕਿ ਉਸ ਦਾ ਰੋਡ ਐਕਸੀਡੈਂਟ ਹੋ ਗਿਆ ਤੇ ਉਹ ਇਸ ਦੁਨੀਆ ਨੂੰ ਛੱਡ ਗਿਆ ਇਹ ਸਿਰਫ ਤੇ ਸਿਰਫ ਆ ਤੁਹਾਨੂੰ ਦੱਸ ਦਿੰਨੇ ਆ ਕਿ ਇਸ ਦੇ ਉੱਤੇ ਯਕੀਨ ਨਾ ਕੀਤਾ ਜਾਵੇ ਆਏ ਦਿਨ ਵੱਡੇ ਕਲਾਕਾਰਾਂ ਦੇ ਨਾਮ ਦੇ ਉੱਤੇ ਜਈਆਂ ਫਾਵਾਂ ਫਲਾਈਆਂ ਜਾਂਦੀਆਂ ਨੇ ਤੇ ਬਾਅਦ ਦੇ ਵਿੱਚ ਇਸ ਨੂੰ ਕਾਫੀ ਵੱਡੇ ਪੱਧਰ ਦੇ ਉੱਤੇ ਸੰਗੀਤ ਪ੍ਰੇਮੀ ਦਿਲ ਦੇ ਉੱਤੇ ਲਾ ਲੈਂਦੇ ਆ ਤੇ ਉਹ ਸ਼ੇਅਰ ਵੀ ਕਰਦੇ ਆ ਪਰ ਸੱਚ ਜਾਣਨ ਲਈ ਇੱਧਰ ਉੱਧਰ ਸਰਚ ਕਰਦੇ ਉਹਨਾਂ ਨੂੰ ਨਹੀਂ ਪਤਾ ਲੱਗਦਾ ਪਰ ਅਸੀਂ ਤੁਹਾਨੂੰ ਦੱਸਦੇ ਆ ਕਿ ਸਾਰੀ ਦੀ ਸਾਰੀ ਖਬਰ ਆ ਜਿਹੜੀ ਇਹ ਝੂਠੀ ਬਣਾਈ ਗਈ ਆ ਤੇ ਇਸ ਦਾ ਸਹਾਰਾ ਇਸ ਨੂੰ ਪੁਖਤਾ ਕਰਨ ਦੇ ਲਈ ਇੱਕ ਨਾਮੇ ਅਖਬਾਰ ਦਾ ਲੋਗੋ ਜਗਬਾਣ ਅਖਬਾਰ ਦਾ ਲੋਗੋ ਲਗਾ ਕੇ ਲੋਕਾਂ ਦੇ ਵਿੱਚ ਵੱਡੇ ਪੱਧਰ ਤੇ ਪਹੁੰਚਾਇਆ ਜਾ ਰਿਹਾ ਹੈ ਤਾਂ ਕਿ ਲੋਕ ਸੱਚ ਮੰਨ